ਸਤਿ ਸ਼੍ਰੀ ਅਕਾਲ ਜੀ, ਮੈਂ ਸੋਨੀਆ ਛਾਬੜਾ, ਰੋਏ ਮਤਲਬ ਸੋਸ਼ਲ ਐਕਟੀਵਿਸਟ, ਔਰ ਅੱਜ ਇੱਕ ਪਰਿਵਾਰ ਸੰਸਥਾ ਦਾ ਜੋ ਇੱਕ ਉਪਰਾਲਾ ਹੈ ਜੋ ਕਿ ਰੌਕ ਸਟਾਰ ਕਲੱਬ ਵਾਲੇ ਆਪਣੇ ਕਰਵਾ ਰਹੇ ਨੇ ਸੇਵ ਵਾਟਰ, ਔਰ ਇਹ ਉਪਰਾਲਾ ਬਹੁਤ ਹੀ ਅੱਛੇ ਵੇ ਨਾਲ ਉਹ ਕਰਵਾ ਰਹੇ ਨੇ ਕਿ ਬਹੁਤ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਤੁਸੀਂ ਪਾਣੀ ਦੀ ਬੱਚਤ ਕਿਵੇਂ ਕਰਨੀ, ਔਰ ਮੈਂ ਚਾਹੁੰਦੀ ਕਿ ਸਾਡੀ ਗੌਰਮੈਂਟ ਵੀ ਜ਼ਰੂਰ ਇੱਦਾਂ ਦੇ ਸਟੈਪ ਚੱਕੇ ਕਿ ਪਾਣੀ ਦੀ ਬੱਚਤ, ਇੰਨਾ ਪਾਣੀ ਵੇਸਟ ਹੁੰਦਾ, ਕੋਈ ਐਫਰਟਸ ਨਹੀਂ ਕੀਤੇ ਜਾ ਰਹੇ, ਬਾਰਿਸ਼ ਦਾ ਪਾਣੀ ਸੜਕ 'ਤੇ ਗਿਲ ਰਿਹਾ ਵੇ, ਇਹ ਨਹੀਂ ਗਾ ਕਿ ਉਹਨੂੰ ਸੇਵ ਕਰਕੇ ਅਸੀਂ ਉਹਨਾਂ ਨੂੰ ਅੱਗੇ ਵਾਸਤੇ ਵੀ ਯੂਜ਼ ਕਰ ਸਕੀਏ। ਅਗਰ ਇੱਦਾਂ ਹੀ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਕੁਛ ਟਾਈਮ ਤੋਂ ਬਾਅਦ ਅਸੀਂ ਪਾਣੀ ਤੋਂ ਬਹੁਤ ਦੂਰ ਹੋ ਜਾਵਾਂਗੇ, ਪਾਣੀ ਸਾਨੂੰ ਮਿਲਣਾ ਮੁਸ਼ਕਿਲ ਹੋ ਜਾਏਗਾ, ਜੋ ਕਿ ਸਾਡੇ ਵਾਸਤੇ ਇੱਕ ਜੀਣ ਵਾਸਤੇ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਮੈਂ ਸਭ ਨੂੰ ਰਿਕੁਐਸਟ ਕਰਦੀ ਹਾਂ ਆਪਣੇ ਘਰਾਂ ਦੇ ਵਿੱਚ ਤੁਸੀਂ ਜਦੋਂ ਨਹਾਉਣ ਜਾਂਦੇ ਹੋ ਨਹਾਉਣ 'ਚ ਪਾਣੀ ਭਰ ਕੇ ਨਾ ਬਾਲਟੀ ਭਰ ਕੇ ਨਹਾਓ, ਸ਼ਾਵਰ ਨਾ ਯੂਜ਼ ਕਰੋ, ਜੋ ਤੁਹਾਡਾ ਐਕਵਾਗਾਰਡ ਦਾ ਪਾਣੀ ਹੈ ਉਹਨੂੰ ਵੀ ਤੁਸੀਂ, ਅਗਰ ਜੋ ਪਾਣੀ ਵੇਸਟ ਵਾਟਰ ਨਿਕਲਦਾ ਉਹਨੂੰ ਅਗਰ ਚਾਹੀਏ ਤਾਂ ਅਸੀਂ ਉਹ ਇੱਕ ਸੇਵ ਕਰਕੇ ਅਸੀਂ ਪੌਦਿਆਂ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਔਰ ਇੱਦਾਂ ਹੀ ਅਸੀਂ ਕਾਫੀ ਛੋਟੇ ਛੋਟੀਆਂ ਚੀਜ਼ਾਂ, ਕਾਰ ਧੋਣ ਵਾਸਤੇ ਵੀ ਅਸੀਂ ਇੰਨਾ ਪਾਣੀ ਵੇਸਟ ਕਰਦੇ ਹਾਂ ਜੋ ਪਾਈਪਸ ਲਗਾ ਕੇ ਕਰਦੇ ਹਾਂ, ਔਰ ਮੈਨੂੰ ਲੱਗਦਾ ਕਿ ਅਸੀਂ ਉੱਥੇ ਵੀ ਪਾਣੀ ਬਹੁਤ ਸਾਰਾ ਸੇਵ ਕਰ ਸਕਦੇ ਹਾਂ। ਔਰ ਮੇਰੀ ਸਭ ਨੂੰ ਰਿਕੁਐਸਟ ਹੈ ਕਿ ਜ਼ਰੂਰ ਆਪਣੇ ਸਟੈਪ ਚੱਕੋ, ਆਪਣੀ ਗੌਰਮੈਂਟ ਨੂੰ ਵੀ ਰਿਕੁਐਸਟ ਹੈ ਕਿ ਜ਼ਰੂਰ ਇੱਦਾਂ ਦੇ ਸਟੈਪ ਚੱਕੇ ਕਿ ਅਸੀਂ ਆਉਣ ਵਾਲੇ ਟਾਈਮ ਵਿੱਚ ਪਾਣੀ ਬਚਾ ਸਕੀਏ। ਅਗਰ ਪਾਣੀ ਨਹੀਂ ਤਾਂ ਜੀਵਨ ਨਹੀਂ, ਪਾਣੀ ਹੀ, ਪਾਣੀ ਨਾਲ ਹੀ ਅਸੀਂ ਜੀ ਰਹੇ ਹਾਂ, ਪਾਣੀ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਜ਼ਰੂਰ 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 ਪਾਣੀ ਬਚਾਓ। ਮੇਰਾ ਮਿਸ਼ਨ ਸਮਾਈਲ ਹੈ, ਮਿਸ਼ਨ ਸਮਾਈਲ ਦਾ ਵੀ ਮਕਸਦ ਇਹੀ ਹੈ ਕਿ ਪਾਣੀ ਬਚਾਓ, ਪੌਦੇ ਲਗਾਓ, ਔਰ ਹਰ ਤਰਫ ਤਾਂ ਕਿ ਹਰਿਆਲੀ ਚਾਹੇ ਅਸੀਂ, ਤਾਂ ਕਿ ਜੋ ਹੈ ਸਨ ਦੇ ਇੰਨੇ ਬੈਡ ਇਫੈਕਟ ਸਾਡੇ ਵਾਸਤੇ ਆ ਰਹੇ ਨੇ, ਜੋ ਅਰਥ ਇੰਨਾ ਗਰਮ ਹੋ ਰਿਹਾ ਵੈ, ਐਟਲੀਸਟ ਅਸੀਂ ਉਹਨਾਂ ਚੀਜ਼ਾਂ ਤੋਂ ਬਚ ਸਕੀਏ। ਔਰ ਅਗਰ ਪਾਣੀ ਬਚਾਵਾਂਗੇ, ਪੌਦੇ ਲਗਾਵਾਂਗੇ, ਤਾਂ ਜ਼ਰੂਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਾਂਗੇ। ਥੈਂਕ ਯੂ ਸੋ ਮੱਚ।